ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਕਿ ਫਲਾਣਾ ਬੰਦਾ ਸਿਆਸੀ ਪੰਡਿਤ ਹੈ ਜਾਂ ਸਿਆਸਤ ਦੀ ਇੰਨੀ ਜ਼ਿਆਦਾ ਸਮਝ ਹੈ ਕਿ ਉਹ ਭਵਿੱਖਬਾਣੀਆਂ ਕਰ ਸਕਦਾ। ਮੈਨੂੰ ਲੱਗਦਾ ਤੁਹਾਨੂੰ ਵੀ ਜੋਤਿਸ਼ ਦਾ ਕੋਈ ਕੰਮ ਖੋਲ੍ਹ ਲੈਣਾ ਚਾਹੀਦਾ ਹੁਣ। ਨਹੀਂ ਜੀ, ਇਹ ਐਕਚੁਅਲੀ ਨਾ ਬੰਦਾ ਤਜਰਬੇ ਨਾਲ ਸਿੱਖਦਾ, ਮੈਂ ਪੜ੍ਹਦਾ ਵੀ ਜ਼ਿਆਦਾ ਅਤੇ ਐਨਾਲਿਟੀਕਲ ਪੁਆਇੰਟ ਆਫ ਵਿਊ ਦੇ ਨਾਲ ਦੇਖਦਾ। ਮੇਰਾ ਖਿਆਲ ਹੈ ਤੁਹਾਡੀ ਮੁਰਾਦ ਆਪਣੇ ਫਰਾਈਡੇ ਦੇ ਸ਼ੋਅ ਤੋਂ ਆ ਜੀ। ਬਿਲਕੁਲ, ਸ਼ੁੱਕਰਵਾਰ ਤੁਸੀਂ ਭਵਿੱਖਬਾਣੀ ਕੀਤੀ ਸੀ ਕਿ ਇਸ ਵੀਕਐਂਡ 'ਤੇ ਵੱਡੀ ਖਬਰ ਆ ਸਕਦੀ ਹੈ ਅਮਰੀਕਾ ਵਾਲੇ ਪਾਸਿਓਂ, ਜੋ ਬਾਈਡਨ ਹੁਣੀ ਲਾਂਭੇ ਹੋ ਸਕਦੇ ਆ ਇਸ ਪੂਰੀ ਚੋਣ ਪ੍ਰਕਿਰਿਆ 'ਚੋਂ। ਅਤੇ ਉਹੀ ਉਹਨਾਂ ਨੇ ਕੀਤਾ ਕਿ ਕੱਲ੍ਹ ਨੂੰ ਸਵੇਰ ਸਵੇਰੇ ਹੀ ਉਹਨਾਂ ਨੇ ਖਬਰ ਕੱਢ ਮਾਰੀ ਵੀ ਨਾ ਵੀ ਮੈਂ ਨਹੀਂ ਲੜਦਾ ਚੋਣ। ਹਾਂਜੀ, ਬਲਕਿ ਉਸ ਤੋਂ ਪਹਿਲਾਂ ਦੇਖ ਲਓ ਕਿੰਨੇ ਸਟਰੋਂਗ ਲਫ਼ਜ਼ਾਂ ਦੇ ਵਿੱਚ ਜੋ ਬਾਈਡਨ ਨੇ ਕਿਹਾ ਕਿ ਉਹ ਕੰਟੀਨਿਊ ਕਰਨਗੇ। ਉਹਨਾਂ ਦਾ ਵਾਈਟ ਹਾਊਸ ਦਾ ਸਟਾਫ ਅਤੇ ਉਹਨਾਂ ਦੀ ਕੈਂਪੇਨ ਦਾ ਸਟਾਫ, ਉਹ ਵੀ ਸਰਪ੍ਰਾਈਜ਼ ਹੋਏ ਕਿਉਂਕਿ ਉਹਨਾਂ ਨੂੰ ਵੀ ਨਹੀਂ ਸੀ ਪਤਾ, ਅਤੇ ਕਮਲਾ ਹੈਰਿਸ ਨੂੰ ਵੀ ਕਹਿੰਦੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਜਦੋਂ ਉਹਨਾਂ ਨੇ ਲੈਟਰ ਲਿਖ ਕੇ, ਅਤੇ ਉਸ ਤੋਂ ਕੁਛ ਦੇਰ ਕੁਛ ਮਿੰਟ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਿਆ ਜੀ। ਹੁਣ ਜਿੱਦਾਂ ਜੋ ਬਾਈਡਨ ਉਹਨਾਂ ਨੇ ਐਲਾਨ ਕੀਤਾ, ਪਰ ਪਹਿਲੇ ਐਲਾਨ ਤੋਂ ਉਸ ਤੋਂ ਬਾਅਦ ਕਮਲਾ ਹੈਰਿਸ ਦਾ ਨਾਂ ਪੇਸ਼ ਕਰਨ ਦੇ ਵਿੱਚ ਉਹਨਾਂ ਨੇ ਕੁਝ ਵਕਤ ਲਿਆ ਦੋਵਾਂ ਚੀਜ਼ਾਂ ਦੇ ਵਿੱਚ, ਸਮੇਂ ਦਾ ਜਿਹੜੀ ਵਿੱਥ ਸੀ, ਕਿਉਂ ਇਹਨਾਂ ਨੂੰ ਟਾਈਮ ਲੱਗਿਆ ਅਤੇ ਕੀ ਚੀਜ਼ਾਂ ਰਹੀਆਂ ਹੋਣਗੀਆਂ? ਤੁਹਾਨੂੰ ਕੀ ਲੱਗਦਾ ਕਿ ਜੋ ਬਾਈਡਨ ਉਹਨਾਂ ਦੇ ਦਿਮਾਗ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਹੋਵੇਗਾ, ਕਿਉਂਕਿ ਉਹ ਕਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਏਕਾਂਤਵਾਸ ਵਿੱਚ ਸਨ ਅਤੇ ਉੱਥੇ ਬੈਠ ਕੇ ਉਹਨਾਂ ਨੇ ਸੋਚਿਆ ਹੋਵੇਗਾ ਗੰਭੀਰਤਾ ਨਾਲ ਪਾਰਟੀ ਦੀ ਕਿੱਧਰ ਨੂੰ ਜਾ ਰਹੀ ਹੈ, ਅਤੇ ਜੋ ਕੁਛ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਜਿਵੇਂ ਟਰੰਪ ਹੁਣਾਂ ਦਾ ਸਮਰਥਨ ਵਧਿਆ ਉਹਨਾਂ ਦੇ, ਟਰੰਪ ਹੁਣਾਂ ਦੇ ਜੋ ਵਿਰੋਧੀ ਵੀ ਸੀ ਪਾਰਟੀ ਵਿੱਚ ਉਹ ਵੀ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਸਾਹਮਣੇ ਆ ਗਏ, ਅਤੇ ਇਹ ਸਾਰਾ ਕੁਝ ਜਿਵੇਂ ਸਿਨੈਰੀਓ ਚੇਂਜ ਹੋਇਆ, ਤੁਹਾਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਨੇ ਮਿਲ ਕੇ ਇੱਕ ਪ੍ਰੈਸ਼ਰ ਜਿਹੜਾ ਕ੍ਰੀਏਟ ਕੀਤਾ ਸੀ ਉਹ ਕੰਮ ਕੀਤਾ? 1:46 ਦੇ ਉੱਤੇ ਉਹਨਾਂ ਨੇ ਚਿੱਠੀ ਇੱਕ ਰਿਲੀਜ਼ ਕੀਤੀ ਹੈ, ਜਿਹੜੀ ਚਿੱਠੀ ਉਹਨਾਂ ਨੇ ਸਨਿਚਰਵਾਰ ਰਾਤ ਨੂੰ ਡਰਾਫਟ ਕਰਨੀ ਸ਼ੁਰੂ ਕੀਤੀ ਹੈ। ਅਤੇ ਇਹ ਗੱਲ ਸਹੀ ਸੀਗੀ ਕਿ ਉਹਨਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਨੂੰ ਪਹਿਲਾਂ ਡਰੋਪ ਆਊਟ ਦੀ ਨਿਊਜ਼ ਦੇਣੀ ਚਾਹੀਦੀ, ਉਸ ਤੋਂ ਬਾਅਦ ਐਂਡੋਰਸ ਕਰਨਾ ਚਾਹੀਦਾ। ਜੇ ਦੋਨੋਂ ਚੀਜ਼ਾਂ ਇਕੱਠੀਆਂ ਕਰਦੇ ਤਾਂ ਉਹ ਇਸ ਤਰ੍ਹਾਂ ਲੱਗਣਾ ਸੀਗਾ ਕਿ ਸਟੇਜਡ ਜਾਂ ਇਹ ਇੱਕ ਨਾਪੇ ਹੋਏ ਮਿਣੇ ਤੋਲੇ ਪ੍ਰੋਗਰਾਮ ਦੇ ਅਕੋਰਡਿੰਗਲੀ ਕੀਤਾ। ਸੋ ਇਸ ਕਰਕੇ ਉਹਨਾਂ ਨੇ 1:46 'ਤੇ ਲੈਟਰ ਰਿਲੀਜ਼ ਕੀਤਾ, ਅਤੇ ਨਾਲ ਉਹਨਾਂ ਨੇ ਕਿਹਾ ਕਿ ਉਹ ਪ੍ਰੈਜ਼ੀਡੈਂਟ ਦੀਆਂ ਡਿਊਟੀਜ਼ ਨੇ ਜਿਹੜੀਆਂ 20 ਜਨਵਰੀ 2025 ਤੱਕ ਫੁਲਫਿਲ ਕਰਨਗੇ। ਵੈਸੇ ਯੰਗੈਸਟ ਸੈਨੇਟਰ ਅਤੇ ਓਲਡੈਸਟ ਪ੍ਰੈਜ਼ੀਡੈਂਟ ਉਹਨਾਂ ਨੇ ਜਿਹੜਾ ਰਿਫਿਊਜ਼ ਕੀਤਾ, ਪਹਿਲਾਂ ਸਟੈਪ ਅਸਾਈਡ ਕਰਨ ਤੋਂ ਬਾਅਦ ਫਿਰ ਪੋਲਸ ਦੇ ਆਧਾਰ ਦੇ ਉੱਤੇ ਜਾਂ ਪਲੀਜ਼ ਕੀਤੀਆਂ ਗਈਆਂ ਜਾਂ ਡੋਨਰ ਦੇ ਰਿਐਕਸ਼ਨ ਤੋਂ ਬਾਅਦ, ਇਹ ਜੇ ਮੈਂ ਇਹ ਕਹਾਂ ਕਿ ਤੇਜਾ ਸਾਹਿਬ, ਇਹ 75 ਸਾਲਾਂ ਦੀ ਹਿਸਟਰੀ ਦੇ ਵਿੱਚ ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਇਸ ਤੋਂ ਪਹਿਲਾਂ 2 ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੇ ਡਰੋਪ ਆਊਟ ਕੀਤਾ, ਹੈਰੀ ਟਰੂਮਨ ਅਤੇ ਲਿੰਡਨ ਬੀ ਜੌਨਸਨ। ਇਹਨਾਂ ਨੇ ਇਲੈਕਸ਼ਨ ਸਾਲ ਦੇ ਵਿੱਚ ਡਰੋਪ ਆਊਟ ਕੀਤਾ ਰੇਸ ਦੇ ਵਿੱਚੋਂ, ਅਤੇ 1968 ਦੇ ਵਿੱਚ ਲਿੰਡਨ ਜੌਨਸਨ ਨੇ ਜਦੋਂ ਕੀਤਾ ਤਾਂ ਉਸ ਤੋਂ ਬਾਅਦ ਹਿਊਬਰਟ ਹੰਫਰੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ। ਮੈਂ ਇੱਥੇ ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਇਹ ਵੀ ਦੱਸ ਦੇਵਾਂ, ਮੈਂ 8 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਅਤੇ ਮੇਰੇ ਭਰਾ ਮਨਮੋਹਨ ਨੇ ਅਮਰੀਕਾ ਦੇ ਉਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਹਿਊਬਰਟ ਹੰਫਰੀ ਜਿਹੜੇ ਇੰਡੀਆ ਦੇ ਟ੍ਰਿਪ 'ਤੇ ਆਏ ਸੀ ਉਹਨਾਂ ਨੂੰ ਅਸੀਂ ਵੈਲਕਮ ਕੀਤਾ ਸੀ, ਅਤੇ ਪ੍ਰੈਜ਼ੀਡੈਂਟ ਹਿਊਬਰਟ ਹੰਫਰੀ ਉਸ ਟਾਈਮ 'ਤੇ ਵਾਈਸ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਹਿਊਬਰਟ ਹੰਫਰੀ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਇੱਕ ਇਨਵੀਟੇਸ਼ਨ ਦਿੱਤਾ ਸੀ US ਸੈਨੇਟ ਚੈਂਬਰ ਦੇ ਲਈ। ਉਹਦੇ ਵਿੱਚ ਗੋਲਡ ਅੱਖਰਾਂ ਦੇ ਨਾਲ ਉਹਨਾਂ ਨੇ ਸਾਈਨ ਕੀਤੇ ਹੋਏ ਨੇ, ਅਤੇ ਉਹ ਦਿਖਾ ਕੇ ਜੇ ਅਸੀਂ ਕਦੇ ਅਮਰੀਕਾ ਦਾ ਵੀਜ਼ਾ ਲੈਣਾ ਹੁੰਦਾ ਤਾਂ ਕਦੇ ਵੀ ਮਿਲ ਸਕਦਾ ਸੀ। ਸੋ ਹਿਊਬਰਟ ਹੰਫਰੀ ਉਸ ਟਾਈਮ ਦੇ ਉੱਤੇ 1968 ਦੇ ਵਿੱਚ ਫਿਰ ਉਹ ਵਾਈਸ ਪ੍ਰੈਜ਼ੀਡੈਂਟ ਤੋਂ ਪ੍ਰੈਜ਼ੀਡੈਂਟ ਦੇ ਟਿਕਟ 'ਤੇ ਰਨ ਕੀਤੇ।
ਹੁਣ ਜਿਹੜਾ ਇਹ ਡਰੋਪ ਆਊਟ ਹੋਇਆ ਪ੍ਰੈਜ਼ੀਡੈਂਟ ਬਾਈਡਨ ਦਾ, ਇੱਕ ਤਾਂ ਹੈਲਥ ਰੀਜ਼ਨ ਜਿਹਦਾ ਸਾਰਿਆਂ ਨੂੰ ਪਤਾ, 81 ਸਾਲਾ ਪ੍ਰੈਜ਼ੀਡੈਂਟ ਬਾਈਡਨ, ਜੇ ਉਹਨਾਂ ਦੀ ਟਰਮ ਖਤਮ ਹੋ ਜਾਂਦੀ ਤਾਂ ਉਹ 86 ਸਾਲ ਦੇ ਹੋਣੇ ਸੀ, ਅਤੇ ਜਿਹੜੇ ਪੋਲਸ ਨੇ ਖਾਸ ਤੌਰ 'ਤੇ ਸਵਿੰਗ ਸਟੇਟਸ ਦੇ ਵਿੱਚ ਉਹ ਉਹਨਾਂ ਦੀ ਫੇਵਰ ਵਿੱਚ ਨਹੀਂ ਸਨ, ਅਤੇ ਜਿਹੜੀਆਂ ਬਾਈਡਨ ਦੀ ਡਿਬੇਟ ਹੋਈ ਹੈ ਜਿਹੜੀ, ਉਸ ਤੋਂ ਬਾਅਦ ਉਹਨਾਂ 'ਤੇ ਪ੍ਰੈਸ਼ਰ ਵਧਿਆ, ਅਤੇ 36 ਕੋਂਗਰੈਸ਼ਨਲ ਡੈਮੋਕਰੈਟਸ ਨੇ ਜਿਹੜੇ 12% ਟੋਟਲ ਇਲੈਕਟਡ ਡੈਮੋਕਰੈਟਸ ਦੇ ਨੇ, ਉਹਨਾਂ ਨੇ ਇੱਕ ਬਲੱਡਲੈਸ ਕੂ ਅਰੇਂਜ ਕੀਤਾ, ਮੈਂ ਤਾਂ ਇਹ ਕਹੂੰਗਾ ਮਿਲਟਰੀ ਕੂ, ਆਪਾਂ ਅਫਰੀਕਨ ਕੰਟਰੀਆਂ ਦੀ ਗੱਲਾਂ ਕਰਦੇ ਹਾਂ, ਇਹ ਬਲੱਡਲੈਸ ਕੂ ਹੈ ਜਿਹੜਾ ਪ੍ਰੈਸ਼ਰ ਕੀਤਾ ਗਿਆ ਉਹਨਾਂ ਨੂੰ ਡਰੋਪ ਆਊਟ ਹੋਣ ਦੇ ਲਈ। ਵੈਸੇ ਤਾਂ ਇਹ ਚੀਜ਼ਾਂ ਜਦੋਂ ਪ੍ਰਾਇਮਰੀਜ਼ ਹੋਈਆਂ ਨੇ ਉਸ ਟਾਈਮ ਦੇ ਉੱਤੇ ਹੀ ਐਡਰੈਸ ਕਰ ਲੈਣੀਆਂ ਚਾਹੀਦੀਆਂ ਸਨ। ਜੀ, ਤੁਹਾਨੂੰ ਲੱਗਦਾ ਕਿ ਜਿਵੇਂ ਡੈਮੋਕਰੇਟਸ ਹੁਣ ਪਿੱਛੇ ਚੱਲ ਰਹੇ ਸੀ, ਵੱਖ ਵੱਖ ਜਿਹੜੇ ਸਰਵੇਖਣ ਵੀ ਆਏ, ਜਿਹੜੀ ਡਿਬੇਟ ਵੀ ਹੋਈ, ਉਸ ਤੋਂ ਬਾਅਦ ਜਿਵੇਂ ਹਾਲਾਤ ਵਿਗੜੇ ਡੈਮੋਕਰੇਟਸ ਵਾਸਤੇ, ਅਤੇ ਜਿਹੜੀ ਅਗਲੀ ਡਿਬੇਟ ਹੋਣੀ ਸੀ ਉਸ ਤੋਂ ਪਹਿਲਾਂ ਜੋ ਬਾਈਡਨ ਹੋਣਾ ਦਾ ਇਹ ਡਿਸੀਜਨ ਲੈ ਲੈਣਾ, ਪਾਰਟੀ ਵਾਸਤੇ ਕੁਛ ਨਾ ਕੁਛ ਪੋਜ਼ਿਟਿਵ ਸਾਈਨ ਨਜ਼ਰ ਆਉਂਦਾ ਤੁਹਾਨੂੰ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਮੈਂ ਆਪਣੀ ਪਾਰਟੀ ਵਾਸਤੇ ਜਿਹੜਾ ਇਹ ਸਟੈਪ ਚੁੱਕਿਆ? ਦੇਖੋ ਬਿਲਕੁਲ, ਪ੍ਰੈਜ਼ੀਡੈਂਟ ਬਾਈਡਨ ਰਨ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਕਿ ਲੈਟਰ ਦੇ ਵਿੱਚ ਵੀ ਕਿਹਾ ਕਿ ਹੀ ਵਾਂਟਡ ਟੂ ਇੰਟੈਂਡ ਟੂ ਰਨ, ਅਤੇ ਪਰ ਇੰਟੈਂਟ ਟੂ ਰਨ ਤੋਂ ਇਲਾਵਾ ਜਿਹੜਾ ਪ੍ਰੈਸ਼ਰ ਪਿਆ ਡਿਬੇਟ ਕਰਕੇ, ਕਿਉਂਕਿ ਜੇ ਦੂਜੀ ਡਿਬੇਟ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਹੀ ਮਾੜਾ ਪਰਫੋਰਮ ਕਰਦੇ ਆ, ਮੈਂ ਇਹ ਸਮਝਦਾ ਕਿ ਪ੍ਰੈਜ਼ੀਡੈਂਟ ਟਰੰਪ ਕੋਲ ਡਿਬੇਟ ਦੇ ਵਿੱਚ ਇੱਕੋ ਹੀ ਪੁਆਇੰਟ ਪ੍ਰੂਵ ਕਰਨ ਲਈ ਸੀ, ਉਹਨਾਂ ਦਾ ਮੇਨ ਗੋਲ ਇੱਕੋ ਹੀ ਸੀ ਟੂ ਪ੍ਰੂਵ ਕਿ ਉਹ ਫਿੱਟ ਨੇ ਅਤੇ ਰਨ ਕਰਨ ਦੇ ਲਈ, ਪਰ ਉਹ ਇਸ ਪਰਪਸ ਦੇ ਵਿੱਚ ਫੇਲ ਹੋ ਗਏ ਇਸ ਗੋਲ ਨੂੰ ਅਕੋਂਪਲਿਸ਼ ਕਰਨ ਦੇ ਲਈ। ਅਤੇ ਜੇ ਦੂਜੀ ਡਿਬੇਟ ਹੁੰਦੀ, ਦੂਜੀ ਡਿਬੇਟ ਦੇ ਵਿੱਚ ਵੀ ਪਰਫੋਰਮੈਂਸ ਬੈਡ ਹੁੰਦੀ ਤਾਂ ਨੈਚੁਰਲੀ ਇਲੈਕਸ਼ਨ ਹਾਰਨੀ ਸੀ, ਅਤੇ ਦੋਨੇ ਹਾਊਸ ਅਤੇ ਸੈਨੇਟ ਦੇ ਵਿੱਚ ਸੀਟਾਂ ਵੀ ਹਾਰ ਸਕਦੇ ਸਨ। ਸੋ ਇਸ ਕਰਕੇ ਪ੍ਰੈਜ਼ੀਡੈਂਟ ਟਰੰਪ ਨੇ, ਪ੍ਰੈਜ਼ੀਡੈਂਟ ਬਾਈਡਨ ਨੇ ਹੁਣ ਇਹ ਪ੍ਰੂਫ ਕੀਤਾ ਕਿ ਉਹਨਾਂ ਨੇ ਕੰਟਰੀ ਨੂੰ ਪਹਿਲਾਂ ਰੱਖਿਆ, ਆਪਣੇ ਸੈਲਫਿਸ਼ ਮੁਫਾਦ ਨੂੰ ਬਾਅਦ ਵਿੱਚ ਰੱਖਿਆ। ਜੀ, ਜੇਕਰ ਸਿਰਫ ਡਿਬੇਟ ਦੀ ਗੱਲ ਨਾ ਕੀਤੀ ਜਾਵੇ, ਉਸ ਤੋਂ ਬਾਅਦ ਵੀ ਕਈ ਕੁਛ ਅਜਿਹਾ ਵਾਪਰਿਆ ਜੋ ਬਾਈਡਨ ਹੋਣਾ ਦੇ ਨਾਲ ਕਿ ਉਸ ਤੋਂ ਬਾਅਦ ਉਹ ਪ੍ਰੈਸ਼ਰ ਵਧਣਾ ਸੁਭਾਵਿਕ ਸੀ, ਜਿਵੇਂ ਵਲੋਦੀਮੀਰ ਜੈਲੈਂਸਕੀ ਨੂੰ ਸੰਬੋਧਨ ਕਰ ਰਹੇ ਸੀ, ਅਤੇ ਪਰ ਜਦੋਂ ਸੱਦਣਾ ਸੀ ਉਹਨਾਂ ਨੂੰ ਸਟੇਜ 'ਤੇ ਨਾਂ ਲੈ ਦਿੱਤਾ ਪੁਤਿਨ ਹੋਣਾ ਦਾ, ਉਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਮਜ਼ਾਕ ਉੱਟਿਆ ਉਹਨਾਂ ਦਾ। ਬਿਲਕੁਲ, ਉਮਰ ਦੇ ਹਿਸਾਬ ਨਾਲ ਜਿਹੜੀ ਕੋਗਨੇਟ ਅਬਿਲਿਟੀ ਹੈ, ਤੁਸੀਂ ਰਿਐਕਟ ਕਿੱਦਾਂ ਕਰਦੇ ਹੋ, ਤੁਹਾਡੀ ਮੈਮਰੀ ਕਿੱਦਾਂ ਦੀ ਹੈ, ਕਿਤੇ ਐਲਜ਼ਾਈਮਰ ਤਾਂ ਨਹੀਂ ਕਿਕ ਇਨ ਹੋਈ, ਇੱਥੋਂ ਤੱਕ ਕਿ ਹੋਰ ਵੀ ਕਈ ਤਰ੍ਹਾਂ ਦੇ ਗੈਪਸ ਉਹਨਾਂ ਦੇ ਸਾਹਮਣੇ ਆਏ ਨੇ। ਇੱਕ ਵਾਰੀ ਜਦੋਂ ਉਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ, ਇੱਕ ਪਾਸੇ ਕਮਲਾ ਹੈਰਿਸ ਸੀ ਅਤੇ ਦੂਜੇ ਪਾਸੇ ਉਹਨਾਂ ਦੀ ਵਾਈਫ ਸੀ ਅਤੇ ਇੱਕ ਪਾਸੇ ਭੈਣ ਸੀ, ਤਾਂ ਉਹ ਆਪਣੀ ਭੈਣ ਨੂੰ ਵਾਈਫ ਸਮਝ ਕੇ ਉੱਧਰ ਨੂੰ ਚੱਲ ਪਏ, ਕਈ ਵਾਰੀ ਸਟੇਜ ਤੋਂ ਵੀ ਅੱਗੇ ਪਿੱਛੇ ਹੁੰਦੇ ਰਹੇ ਨੇ, ਭਮਤਰੇ ਹੋਏ ਅਤੇ ਔਟਲੇ ਹੋਏ ਤੁਸੀਂ ਕਹਿ ਸਕਦੇ ਹੋ, ਕਈ ਵਾਰੀ ਉਹ ਨਜ਼ਰ ਆਏ ਨੇ, ਕਈ ਵਾਰੀ ਡਿੱਗੇ ਵੀ ਨੇ ਪੌੜੀਆਂ ਵਿੱਚ ਵੀ ਅਤੇ ਜਹਾਜ਼ ਚੜ੍ਹਦੇ ਵੀ, ਅਤੇ ਜਾਂ ਉਹਨਾਂ ਤੋਂ ਕਈ ਵਾਰੀ ਗਲਤ ਲਫ਼ਜ਼ ਵੀ ਬੋਲੇ ਗਏ ਨੇ ਜਾਂ ਫੰਬਲ ਕਰਦੇ ਰਹੇ ਨੇ, ਜਿਹਦੀ ਸਮਝ ਆਉਣਾ ਜਾਂ ਉਹਨਾਂ ਦੀ ਰੈਲੇਵੈਂਸ ਨੂੰ ਰਿਲੇਟ ਕਰਨਾ ਇੱਕ ਵੱਡੇ ਦੇਸ਼ ਦੇ ਪ੍ਰੈਜ਼ੀਡੈਂਟ ਦੀ ਕਾਰਗੁਜ਼ਾਰੀ ਨੂੰ ਉਹ ਸੋਭਦਾ ਨਹੀਂ। ਬਿਲਕੁਲ, G7 ਸਮਿਟ ਵਿੱਚ ਵੀ ਵੇਖਿਆ ਗਿਆ ਜਦੋਂ ਸਾਰੇ ਲੀਡਰ ਜਿਹੜੇ ਆ ਉਹ ਇੱਕ ਲਾਈਨ ਦੇ ਵਿੱਚ ਖੜ੍ਹ ਰਹੇ ਸੀ, ਪੁੱਠੇ ਪਾਸੇ ਨੂੰ ਤੁਰ ਪਏ ਸੀ, ਉਦੋਂ ਵੀ ਸਥਿਤੀ ਕੁਛ ਇਸ ਤਰ੍ਹਾਂ ਦੀ ਬਣੀ, ਹਾਸੋਹੀਣੀ ਜੀ ਬਣ ਗਈ ਸੀ ਇਹਨਾਂ ਵਾਸਤੇ। ਹਾਂਜੀ, ਇੱਦਾਂ ਦੇ ਕਈ ਗੈਪਸ ਨੇ, ਸੋ ਚੰਗਾ ਹੋਇਆ ਕਿ ਉਹਨਾਂ ਨੇ ਵਿਦਡਰਾਅ ਕਰ ਲਿਆ। ਹੁਣ ਕਮਲਾ ਹੈਰਿਸ ਦਾ ਨਾਂ ਪੇਸ਼ ਕੀਤਾ ਜਾਣਾ, ਅਤੇ ਸਿਰਫ ਕਿਉਂਕਿ ਜੋ ਬਾਈਡਨ ਹੋਣਾ ਵੱਲੋਂ ਹੀ ਪੇਸ਼ ਕੀਤਾ ਗਿਆ, ਅਤੇ ਉਸ ਤੋਂ ਬਾਅਦ ਕਮਲਾ ਹੈਰਿਸ ਨੇ ਜਿਵੇਂ ਅੱਜ ਆਖਿਆ ਕਿ ਜੋ ਬਾਈਡਨ ਜਿਹੜੀ ਲੈਗੇਸੀ ਛੱਡ ਕੇ ਗਏ, ਜਿਹੜੀ ਵਿਰਾਸਤ ਛੱਡ ਕੇ ਗਏ, ਉਹ ਇਤਿਹਾਸ ਵਿੱਚ ਉਹਦਾ ਕੋਈ ਵੀ ਜਿਹੜਾ ਉਸ ਤਰ੍ਹਾਂ ਦਾ ਕੋਈ ਵੀ ਉਦਾਹਰਣ ਨਹੀਂ ਮਿਲਦੀ,
ਕਮਲਾ ਹੈਰਿਸ ਨੂੰ ਕਿਵੇਂ ਦੇਖ ਰਹੇ ਹੋ, ਉਹਨਾਂ ਵਾਸਤੇ ਹੁਣ ਕੀ ਚੁਣੌਤੀਆਂ ਹੋਣਗੀਆਂ ਕਿ ਵਾਕਈ ਉਹ ਡੈਮੋਕ੍ਰੇਟ ਉਮੀਦਵਾਰ ਬਣ ਜਾਣਗੇ? ਦੇਖੋ, 59 ਸਾਲਾ ਕਮਲਾ ਦੇਵੀ ਹੈਰਿਸ, ਇਹ ਇੱਕ ਇੰਡੀਅਨ ਓਰੀਜਨ, ਇਹਨਾਂ ਦੀ ਮਦਰ ਸੀ ਇੰਡੀਅਨ ਓਰੀਜਨ ਤੋਂ, ਤਾਮਿਲ ਐਕਚੁਅਲੀ ਏਰੀਏ ਤੋਂ, ਅਤੇ ਇਹਨਾਂ ਦੇ ਫਾਦਰ ਸੀ ਜਿਹੜੇ ਉਹ ਇੱਕ ਜਮਾਇਕਨ ਆ ਬਲੈਕ, ਉਹ ਸਟੈਨਫੋਰਡ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਕਨੋਮਿਕ ਦੇ ਪ੍ਰੋਫੈਸਰ ਸਨ, ਅਤੇ ਇਹਨਾਂ ਦਾ ਜਦੋਂ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਇਹ ਉਸ ਏਰੀਏ ਦੇ ਵਿੱਚ ਰਹਿੰਦੇ ਨੇ, ਫਿਰ ਅਮਰੀਕਾ ਮੂਵ ਕੀਤੇ, ਅਤੇ 7 ਸਾਲ ਦੀ ਉਮਰ ਸੀ ਕਮਲਾ ਹੈਰਿਸ ਦੀ ਜਦੋਂ ਉਹਨਾਂ ਦੇ ਪੇਰੈਂਟਸ ਦਾ ਡਿਵੋਰਸ ਹੋ ਗਿਆ, ਅਤੇ ਉਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਮੂਵ ਕਰਕੇ ਮੌਂਟਰੀਅਲ 'ਚ ਰਹੇ। ਮੌਂਟਰੀਅਲ ਦੇ ਵਿੱਚ ਕਮਲਾ ਹੈਰਿਸ ਅਤੇ ਇਹਨਾਂ ਦੀ ਭੈਣ ਮਾਇਆ, ਇਹ 1976 'ਚ ਮੂਵ ਕੀਤੇ, ਅਤੇ 1981 ਦੇ ਵਿੱਚ ਇਹਨਾਂ ਨੇ ਵੈਸਟਮੌਂਟ ਹਾਈ ਸਕੂਲ ਮੌਂਟਰੀਅਲ ਕਬੈਕ ਦੇ ਵਿੱਚ, ਉੱਥੋਂ ਸਕੂਲ 'ਚੋਂ ਗ੍ਰੈਜੂਏਸ਼ਨ ਕੀਤੀ, ਅਤੇ ਫਿਰ ਪੜ੍ਹਾਈ ਦੇ ਲਈ ਅਮਰੀਕਾ ਆਏ, ਅਤੇ ਉਸ ਤੋਂ ਬਾਅਦ ਅਮਰੀਕਾ ਰਹੇ। ਵੈਸੇ ਤੁਸੀਂ ਦੱਸੀ ਆ ਇਹਨਾਂ ਦੀ ਹਿਸਟੋਰੀਕਲ ਅਕੋਂਪਲਿਸ਼ਮੈਂਟਸ, ਇਹ ਪਹਿਲੀ ਬਲੈਕ ਜਾਂ ਸਾਊਥ ਏਸ਼ੀਅਨ ਵੂਮੈਨ ਆ ਜਿਹੜੇ ਅਟੋਰਨੀ ਜਨਰਲ ਕਿਸੇ ਸਟੇਟ ਦੇ ਚੁਣੇ ਗਏ ਨੇ, ਪਹਿਲੀ ਵੂਮੈਨ ਇਸੇ ਨੇਚਰ ਦੀ ਸੈਨੇਟਰ ਚੁਣੇ ਗਏ, ਫਿਰ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ, ਅਤੇ ਹੁਣ ਪ੍ਰੈਜ਼ੀਡੈਂਟ ਦੇ ਲਈ। ਇਹ ਮੇਰਾ ਖਿਆਲ ਹੈ ਕਿ ਜੇ ਦੇਖਿਆ ਜਾਵੇ ਤਾਂ ਪਹਿਲੀ ਔਰਤ ਹੋਏਗੀ ਜਿਹੜੀ ਇੱਕ ਮੈਜੋਰਿਟੀ ਪਾਰਟੀ ਨੂੰ ਲੀਡ ਕਰੇਗੀ ਚੋਣਾਂ ਦੇ ਵਿੱਚ, ਜੇ ਉਹਨਾਂ ਦੀ ਨੋਮੀਨੇਸ਼ਨ ਹੋ ਜਾਂਦੀ ਹੈ। ਸੋ ਇਹਨਾਂ ਦਾ ਜਿਹੜਾ ਟਰੈਕ ਰੈਕਰਡ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਨੇ। ਐਜ਼ ਅਟੋਰਨੀ ਜਨਰਲ ਕੈਲੀਫੋਰਨੀਆ ਦੇ ਵਿੱਚ 2011 ਤੋਂ 2017 ਭਾਵੇਂ ਦੋ ਵਾਰੀ ਇਲੈਕਟ ਹੋਏ ਨੇ ਅਟੋਰਨੀ ਜਨਰਲ, ਪਰ ਇਹਨਾਂ ਦੇ ਟਰੈਕ ਰੈਕਰਡ ਦੇ ਉੱਤੇ ਕਾਫੀ ਸਵਾਲੀਆ ਚਿੰਨ੍ਹ ਲੱਗੇ ਰਹੇ ਨੇ। ਇਸੇ ਤਰ੍ਹਾਂ ਹੀ ਇੱਕ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਵੀ ਇਹਨਾਂ ਦੇ ਪਰਫੋਰਮੈਂਸ ਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਹੋਏ ਨੇ। 2017 ਤੋਂ 2021 ਤੱਕ ਇਹ ਸੈਨੇਟਰ ਰਹੇ ਨੇ, ਉਦੋਂ ਵੀ ਇਹਨਾਂ ਦੀ ਅਕੋਂਪਲਿਸ਼ਮੈਂਟ ਦੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਹੋਏ ਨੇ। ਸ਼ਾਇਦ ਇਸੇ ਕਰਕੇ ਕਈ ਪ੍ਰੋਮੀਨੈਂਟ ਡੈਮੋਕ੍ਰੈਟਸ ਨੇ ਇਹਨਾਂ ਨੂੰ ਅਜੇ ਇੰਡੋਰਸ ਨਹੀਂ ਕੀਤਾ। ਉਹਨਾਂ ਦੇ ਵਿੱਚ ਇੰਡੋਰਸ ਕਰਨ ਵਾਲਿਆਂ ਦੇ ਵਿੱਚ ਦੋਨੋਂ ਕਲਿੰਟਨ, ਹਿਲਰੀ ਅਤੇ ਬਿੱਲ, ਉਹਨਾਂ ਨੇ ਤਾਂ ਇਹਨਾਂ ਨੂੰ ਕੀਤਾ ਇੰਡੋਰਸ। 50 ਸਟੇਟਾਂ ਦੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਚੇਅਰਮੈਨ ਨੇ ਉਹਨਾਂ ਨੇ ਵੀ ਇਹਨਾਂ ਨੂੰ ਇੰਡੋਰਸ ਕੀਤਾ। ਕਈ ਗਵਰਨਰ ਨੇ ਪੈਨਸਲਵੇਨੀਆ ਤੋਂ, ਨੌਰਥ ਕੈਰੋਲੀਨਾ ਤੋਂ, ਕਲੋਰਾਡੋ ਤੋਂ, ਕੈਲੀਫੋਰਨੀਆ ਤੋਂ, ਉਹਨਾਂ ਨੇ ਵੀ ਨੋਮੀਨੇਟ ਕੀਤਾ। ਜੀ ਗਰੇਵਾਲ ਸਾਹਿਬ, ਇੱਕ ਹੋਰ ਚੀਜ਼ ਦੱਸਿਓ, ਜਦੋਂ ਅਸੀਂ ਬਰਾਕ ਓਬਾਮਾ ਜਿਹੜੇ ਆ ਵੱਖ ਵੱਖ ਡੈਲੀਗੇਟਸ ਨੂੰ ਇਹ ਕਹਿ ਰਹੇ ਸਨ ਕਿ ਜੋ ਬਾਈਡਨ ਹੁਣਾਂ ਨੂੰ ਚੋਣ ਤੋਂ ਲਾਂਭੇ ਹੋ ਜਾਣਾ ਚਾਹੀਦਾ, ਪਰ ਉਹਨਾਂ ਨੇ ਕਮਲਾ ਹੈਰਿਸ ਦਾ ਨਾਂ ਨਹੀਂ ਸੀ ਲਿਆ, ਅਤੇ ਚੁਣੌਤੀਆਂ ਕਿੰਨੀਆਂ ਸਮਝ ਰਹੇ ਹੋ ਕਿ ਕਮਲਾ ਹੈਰਿਸ ਵਾਸਤੇ ਨੋਮੀਨੇਸ਼ਨ ਜਿਹੜੀ ਲੈਣੀ ਉਹ ਕਿੰਨੀ ਕੁ ਔਖੀ ਹੋ ਸਕਦੀ ਹੈ ਜਾਂ ਬੜਾ ਆਸਾਨੀ ਨਾਲ ਉਹ ਉਮੀਦਵਾਰ ਬਣ ਜਾਣਗੇ? ਦੇਖੋ, ਅਜੇ ਖੇਲ ਸ਼ੁਰੂ ਹੋਣਾ। ਪ੍ਰੈਜ਼ੀਡੈਂਟ ਓਬਾਮਾ ਨੇ ਅਤੇ ਨੈਨਸੀ ਪਲੋਸੀ ਜਿਹੜੇ ਹਾਊਸ ਦੇ ਲੀਡਰ ਰਹੇ ਨੇ, ਉਹਨਾਂ ਨੇ ਦੋਨਾਂ ਨੇ ਇਹਨੂੰ ਕਮਲਾ ਹੈਰਿਸ ਨੂੰ ਇੰਡੋਰਸ ਨਹੀਂ ਕੀਤਾ। ਉਹ ਚਾਹੁੰਦੇ ਨੇ ਕਿ ਜਿਹੜੀ ਪ੍ਰੋਸੈਸ ਆ ਨੋਮੀਨੇਸ਼ਨ ਦੀ, ਰੂਲਸ ਨੇ ਜਿਹੜੇ ਉਹ ਫੋਲੋ ਕੀਤੇ ਜਾਣ, ਭਾਵ ਇੱਕ ਮਿੰਨੀ ਪ੍ਰਾਇਮਰੀ ਹੋਵੇ। ਮਿੰਨੀ ਪ੍ਰਾਇਮਰੀ ਦੇ ਵਿੱਚ ਜੇ ਕਮਲਾ ਹੈਰਿਸ ਜਿੱਤ ਜਾਂਦੀ ਹੈ ਸ਼ਾਇਦ ਉਹ ਸਪੋਰਟ ਕਰ ਦੇਣਗੇ, ਪਰ ਇਹ ਵੀ ਹੈ ਕਿ ਜਿਹੜੀ ਕਨਵੈਨਸ਼ਨ ਹੈ ਡੈਮੋਕ੍ਰੈਟਿਕ ਪਾਰਟੀ ਦੀ 19 ਅਗਸਤ ਨੂੰ ਸ਼ਿਕਾਗੋ 'ਚ ਹੋਣੀ ਹੈ, ਅਤੇ ਕਈ ਲੋਕ ਇਹ ਸੋਚਦੇ ਨੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਿ ਇਹ ਅਨਡੈਮੋਕ੍ਰੈਟਿਕ ਕੋਰੋਨੇਸ਼ਨ ਨਹੀਂ ਹੋਣੀ ਚਾਹੀਦੀ, ਸਿਰਫ ਤਾਜਪੋਸ਼ੀ ਨਹੀਂ ਇਕੱਲੀ ਹੋਣੀ ਚਾਹੀਦੀ, ਪ੍ਰੋਸੈਸ ਵੀ ਫੋਲੋ ਹੋਣੀ ਚਾਹੀਦੀ ਹੈ। ਵੈਸੇ ਸਮਾਂ ਬੜਾ ਘੱਟ ਹੈ, 106 ਦਿਨ ਬਾਕੀ ਬਚੇ ਨੇ ਅਮਰੀਕਾ ਦੀ ਇਲੈਕਸ਼ਨਾਂ ਦੇ ਵਿੱਚ। ਮੈਂ ਇਹ ਬਲੀਵ ਕਰਦਾ ਕਿ ਡੈਮੋਕ੍ਰੈਟਿਕ ਪਾਰਟੀ ਇਸ ਵੇਲੇ ਡਿਵਾਈਡਡ ਹੈ, ਉਹਨਾਂ ਦੀ ਜਿਹੜੀ ਮਿੰਨੀ ਜਾਂ ਨੋਮੀਨੇਸ਼ਨ ਦੀ ਪ੍ਰੋਸੈਸ ਆ ਬੜੀ ਮੈਸੀ ਹੋਵੇਗੀ, ਅਤੇ ਹੋਰ ਕਈ ਕੈਂਡੀਡੇਟ ਇਹਦੇ ਵਿੱਚ ਸ਼ਾਮਲ ਹੋਣਗੇ, ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ, ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ, ਅਤੇ ਪੈਨਸਲਵੇਨੀਆ ਦੇ ਜੋਸ਼ ਸ਼ਪੀਰੋ, ਕੰਟਕੀ ਦੇ ਐਂਡੀ ਬਿਸ਼ੀਅਰ, ਅਤੇ ਜਾਂ ਜਿਨ੍ਹਾਂ ਪੋਲ ਦੇ ਵਿੱਚ ਜਿਹੜੇ ਸਾਰਿਆਂ ਨੂੰ ਵੱਧ
ਜਿੱਤਣ ਦੇ ਚਾਂਸ ਨੇ ਉਹ ਮਿਸ਼ਲ ਓਬਾਮਾ ਦੇ, ਫਾਰਮਰ ਫਸਟ ਲੇਡੀ ਦੇ। ਜੇ ਇਹ ਕੈਂਡੀਡੇਟ ਅੱਗੇ ਆ ਜਾਂਦੇ ਨੇ ਤਾਂ ਨੋਮੀਨੇਸ਼ਨ ਕਾਫੀ ਕੰਪਲੀਕੇਟ ਹੋਣ ਦੇ ਆਸਾਰ ਨੇ। ਵੈਸੇ ਫੰਡ ਦੇ ਵਿੱਚ ਤਕਰੀਬਨ $240 million ਕੰਪੇਨ ਫੰਡ ਦੇ ਵਿੱਚ ਪਏ ਨੇ, ਜੋ ਕੈਂਡੀਡੇਟ ਜਿੱਤੇਗਾ ਉਹਨੂੰ ਉਹ $240 million ਉਹਦੀ ਕੰਪੇਨ ਦੇ ਵਿੱਚ ਟ੍ਰਾਂਸਫਰ ਹੋ ਜਾਣਗੇ। 4700 ਡੈਲੀਗੇਟਸ ਨੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਦੇ ਵਿੱਚੋਂ ਬਾਈਡਨ ਨੂੰ 3900 ਮਿਲੇ ਸਨ, ਜਦਕਿ ਸਿਰਫ 1976 ਚਾਹੀਦੇ ਸਨ। ਸੋ ਇਸ ਕਰਕੇ ਇਹ ਜਿਹੜੇ ਹੁਣ ਡੈਲੀਗੇਟ ਟ੍ਰਾਂਸਫਰ ਹੋਣੇ ਨੇ, ਇਹ ਵੀ ਕਈ ਚੀਜ਼ਾਂ ਦੇ ਉੱਤੇ ਡਿਪੈਂਡ ਕਰੇਗਾ। ਮੈਂ ਇਹ ਬਿਲੀਵ ਕਰਦਾ ਕਿ ਜਿਹੜੇ ਰੂਲ ਨੇ ਜੇ ਉਹ ਨਾ ਫੋਲੋ ਕੀਤੇ ਗਏ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਲਈ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਲਈ ਉਹਨਾਂ ਲਈ ਇੱਕ ਮੁੱਦਾ ਬਣ ਜਾਏਗਾ ਡੈਮੋਕ੍ਰੈਟਿਕ ਪਾਰਟੀ ਨੂੰ ਅਨਡੈਮੋਕ੍ਰੈਟਿਕ ਪਾਰਟੀ ਕਹਿਣ ਦੇ ਲਈ। ਸੋ ਇਹ ਇੱਕ ਬੜਾ ਬੜਾ ਇੰਪੋਰਟੈਂਟ ਇਸ਼ੂ ਹੋਵੇਗਾ। ਇੱਕ ਜਿਵੇਂ ਤੁਸੀਂ ਮਿਸ਼ੇਲ ਓਬਾਮਾ ਦਾ ਨਾਂ ਲਿਆ, ਕਿਉਂਕਿ ਭਾਵੇਂ ਬਰਾਕ ਓਬਾਮਾ ਨੂੰ ਅਹੁਦੇ ਤੋਂ ਪਾਸੇ ਹੋਇਆ ਜਾਂ ਅਹੁਦੇ ਜਿਹੜਾ ਖਤਮ ਹੋਇਆ ਉਹਨਾਂ ਦਾ ਅਹੁਦਾ ਜਾਂ ਉਹਨਾਂ ਦੀ ਟਰਮ ਖਤਮ ਹੋਇਆ, ਕਈ ਸਾਲ ਹੋ ਗਏ ਨੇ, ਪਰ ਉਸਦੇ ਬਾਵਜੂਦ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਦੀ ਅਮਰੀਕੀ ਸੁਸਾਇਟੀ ਦੇ ਵਿੱਚ ਇੱਕ ਉਹਨਾਂ ਦਾ ਨਾਮ ਜਿਹੜਾ ਬੋਲਦਾ ਚੱਲਦਾ। ਜੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਮਿਸ਼ੇਲ ਓਬਾਮਾ ਅੱਗੇ ਆਉਂਦੇ ਆ ਤਾਂ ਉਹ ਜ਼ਿਆਦਾ ਸਟਰੋਂਗ ਜਿਹੜੇ ਕੈਂਡੀਡੇਟ ਹੋਣਗੇ ਟਰੰਪ ਦੇ ਮੁਕਾਬਲੇ? ਬਿਲਕੁਲ, ਦੇਖੋ ਹੁਣ ਜਿਹੜਾ ਅੱਜ ਦਾ ਪੋਲ ਆਇਆ, ਵੈਸੇ ਤਾਂ ਕਮਲਾ ਹੈਰਿਸ ਵੀ ਟਰੰਪ ਨਾਲੋਂ ਅੱਗੇ ਨੇ, 49% ਕਮਲਾ ਹੈਰਿਸ ਅਤੇ 46% ਟਰੰਪ। ਜਿਹੜੀਆਂ ਸਵਿੰਗ ਸਟੇਟਸ ਨੇ, ਕਿਉਂਕਿ 7 ਸਟੇਟਸ ਨੇ ਸਵਿੰਗ ਸਟੇਟਸ ਜਿਨ੍ਹਾਂ ਨੇ ਫੈਸਲਾ ਕਰਨਾ, ਉਹਨਾਂ ਦੇ ਵਿੱਚੋਂ ਨੈੱਕ ਟੂ ਨੈੱਕ ਨੇ ਟਰੰਪ ਦੇ ਨਾਲ। ਹਾਲਾਂਕਿ ਕਮਲਾ ਹੈਰਿਸ ਦੇ ਲਈ $1 ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਨਹੀਂ ਖਰਚਿਆ ਗਿਆ, ਜਦਕਿ ਟਰੰਪ ਨੇ ਮਿਲੀਅਨਸ ਆਫ ਡਾਲਰਸ ਦੀ ਐਡਵਰਟੀਜ਼ਮੈਂਟ ਪਾਈ ਹੈ। ਈਵਨ ਅੱਜ ਵੀ ਇੱਕ ਐਡ ਪਾਈ ਹੈ ਇਹਨਾਂ ਨੂੰ ਟਰੈਸ਼ ਕਰਨ ਦੇ ਲਈ ਡੈਮੋਕ੍ਰੈਟਸ ਨੂੰ, ਅਤੇ ਕਮਲਾ ਹੈਰਿਸ ਬਿਨਾਂ ਐਡਵਰਟਾਈਜ਼ਮੈਂਟ ਤੋਂ ਕੰਪੀਟ ਕਰ ਰਹੇ ਨੇ। ਦੂਸਰੇ ਪਾਸੇ ਜਿਹੜਾ ਇੱਕ ਮਹੱਤਵਪੂਰਨ ਪੋਲ ਆਇਆ ਸੀ ਉਹਦੇ ਵਿੱਚ ਮਿਸ਼ੇਲ ਓਬਾਮਾ ਪ੍ਰੈਜ਼ੀਡੈਂਟ ਟਰੰਪ ਨੂੰ ਬੀਟ ਕਰਦੇ ਸਾਹਮਣੇ ਆਏ ਨੇ। ਅਤੇ ਜੇ ਮਿਸ਼ੇਲ ਓਬਾਮਾ, ਦੇਖੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਸਕੈਂਡਲ ਲੈਸ ਉਹਨਾਂ ਦੀ ਟਰਮ ਰਹੀ ਹੈ, ਉਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਖੱਟਿਆ, ਬੜੀ ਐਥੀਕਲ ਅਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਟਰਮਾਂ ਨਿਭਾਈਆਂ ਨੇ। ਅਤੇ ਜਦੋਂ ਮਿਸ਼ੇਲ ਓਬਾਮਾ ਦੀ ਗੱਲ ਕਰਦੇ ਹਾਂ, ਉਹ ਵੀ ਇੱਕ ਗ੍ਰੇਸਫੁੱਲ ਲੇਡੀ, ਬੜੇ ਵਧੀਆ ਤਰੀਕੇ ਦੇ ਨਾਲ ਪੜ੍ਹੇ ਲਿਖੇ ਨੇ ਦੋਨੋਂ ਹਸਬੈਂਡ ਵਾਈਫ, ਅਤੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰਜੈਂਟ ਕੀਤਾ ਦੋਨਾਂ ਦੇ ਵਿੱਚੋਂ, ਜਾਂ ਉਹਨਾਂ ਦੀ ਫੈਮਿਲੀ ਦੇ ਉੱਤੇ ਬੇਦਾਗ ਉਹਨਾਂ ਦੀ ਟਰਮ ਰਹੀ ਹੈ। ਇਸ ਕਰਕੇ ਮਿਸ਼ੇਲ ਓਬਾਮਾ ਦੇ ਚਾਂਸਸ ਬਹੁਤ ਜ਼ਿਆਦਾ ਨੇ। ਵੈਸੇ ਵੀ ਜਿਹੜੇ ਡਬਲ ਹਿੱਟਰਸ ਨੇ, ਜਦੋਂ ਇਹ ਸਰਵੇ ਕੀਤਾ ਗਿਆ ਕਿ ਜਿਹੜੇ ਅਨਡਿਸਾਈਡਡ ਨੇ ਉਹਨਾਂ ਦੇ ਵਿੱਚੋਂ ਡਬਲ ਹਿੱਟਰਸ ਜ਼ਿਆਦਾ ਨੇ, ਜਿਹੜੇ ਨਾ ਟਰੰਪ ਨੂੰ ਅਤੇ ਨਾ ਬਾਈਡਨ ਨੂੰ ਵੋਟ ਪਾ ਕੇ ਰਾਜ਼ੀ ਸਨ, ਉਹ ਉਹਨਾਂ ਲਈ ਇੱਕ ਮੌਕਾ ਮਿਲੇਗਾ ਕਿ ਉਹ ਮਿਸ਼ੇਲ ਓਬਾਮਾ ਨੂੰ ਸ਼ਾਇਦ ਵੋਟ ਪਾ ਸਕਣ, ਅਤੇ ਇਹਦੇ ਨਾਲ ਡੈਮੋਕ੍ਰੈਟਿਕ ਪਾਰਟੀ ਅਗਲੀ ਟਰਮ ਆ ਸਕਦੀ ਹੈ। ਅਤੇ ਬਹੁਤ ਲੋਕ ਇੱਦਾਂ ਦੇ ਨੇ ਜਿਹੜੇ ਟਰੰਪ ਨੂੰ ਅਵੋਇਡ ਕਰਨਾ ਚਾਹੁੰਦੇ ਨੇ, ਇਨਕਲੂਡਿੰਗ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਾਂ ਕੈਨੇਡੀਅਨ ਗਵਰਨਮੈਂਟ ਵੀ। ਜੀ, ਹੁਣ ਜਦੋਂ ਜੋ ਬਾਈਡਨ ਹੋਣਾ ਨੇ ਐਲਾਨ ਕਰ ਦਿੱਤਾ ਕਿ ਉਹ ਚੋਣਾਂ ਨਹੀਂ ਲੜ ਰਹੇ, ਅਤੇ ਉਸ ਤੋਂ ਬਾਅਦ ਦੁਨੀਆ ਦੇ ਵੱਖ ਵੱਖ ਆਗੂ, ਉਹਨਾਂ ਵਿੱਚ ਭਾਵੇਂ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣ ਜਾਂ ਬਰਤਾਨੀਆ ਦੇ ਕੀਰ ਸਟਾਮਰ ਹੋਣ, ਇਸ ਤੋਂ ਇਲਾਵਾ ਦੁਨੀਆ ਦੇ ਹੋਰ ਬੇਸ਼ੁਮਾਰ ਅਜਿਹੇ ਆਗੂ ਨੇ ਜਿਨ੍ਹਾਂ ਨੇ ਜੋ ਬਾਈਡਨ ਹੋਣਾ ਨਾਲ ਆਪਣੇ ਸੰਬੰਧਾਂ ਨੂੰ ਯਾਦ ਕੀਤਾ, ਅਤੇ ਉਹਨਾਂ ਦਾ ਬਤੌਰ ਰਾਸ਼ਟਰਪਤੀ ਜੋ ਕੁਛ ਉਹਨਾਂ ਨੇ ਕੀਤਾ ਉਸ ਬਾਰੇ ਸਾਰਿਆਂ ਨੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ। ਇਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇਗਾ ਇਸ ਪੂਰੀ ਚੋਣ ਪ੍ਰਕਿਰਿਆ ਦੇ ਦੌਰਾਨ? ਦੇਖੋ, ਪਹਿਲੀ ਗੱਲ ਤਾਂ ਜੇ ਕਮਲਾ ਹੈਰਿਸ ਨੇ ਤਾਂ ਇੱਕ ਐਕਸ ਪ੍ਰੋਸੀਕਿਊਟਰ ਵਰਸਸ ਇੱਕ ਫੈਲਨ, ਇਹ ਹੋਏਗਾ ਜਿਹੜਾ ਮੇਨ ਮੁੱਦਾ। ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਅਮਰੀਕਾ ਦੇ ਵਿੱਚ ਜਿਹੜੇ ਫੈਲਨਸ ਨੇ, ਕਨਵਿਕਟਡ ਕ੍ਰਿਮੀਨਲਸ ਨੇ, ਉਹ ਵੋਟ ਨਹੀਂ ਪਾ ਸਕਦੇ, ਪਰ ਉਹ ਪ੍ਰੈਜ਼ੀਡੈਂਟ ਬਣ ਸਕਦੇ ਨੇ।
ਸੋ ਇਹ ਬੜੀ ਇੱਕ ਹੈਰਾਨੀ ਦੀ ਗੱਲ ਹੈ। ਦੁਨੀਆ ਦੇ ਵਿੱਚ ਇਸ ਵੇਲੇ ਅਮਰੀਕਾ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ, ਪਿਛਲੇ 10 ਦਿਨਾਂ ਤੋਂ ਹੈਡਲਾਈਨ ਨਿਊਜ਼ ਨੇ ਜਿਹੜੀਆਂ ਅਮਰੀਕਾ ਤੋਂ ਹੀ ਆ ਰਹੀਆਂ ਦੁਨੀਆ ਦੇ ਵਿੱਚ, ਅਤੇ ਇੱਦਾਂ ਲੱਗ ਰਿਹਾ ਕਿ ਜਿਹੜੇ ਬਾਕੀ ਦੇ ਦੇਸ਼ ਨੇ ਉਹ ਵੀ ਕਾਫੀ ਚਿੰਤਾਤਰ ਨੇ। ਨੇਟੋ ਕੰਟਰੀਜ਼, ਯੂਰੋਪੀਅਨ ਕੰਟਰੀਜ਼, ਏਸ਼ੀਅਨ ਕੰਟਰੀ, ਚਾਈਨਾ ਵਗੈਰਾ ਵਗੈਰਾ, ਇਹ ਸਾਰੇ ਇੰਡੀਆ, ਇਹਨਾਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ। ਹੁਣ ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਅਤੇ ਯੂ ਐੱਸ ਦੇ ਜਿਹੜੇ ਰਿਲੇਸ਼ਨਸ ਨੇ, ਜਦੋਂ 2017-18 ਦੇ ਵਿੱਚ ਨਾਫਟਾ ਨੈਗੋਸ਼ੀਏਟ ਕੀਤਾ ਗਿਆ, ਕਹਿੰਦੇ ਨੇ ਕਿ 1812 ਦੀ ਲੜਾਈ ਤੋਂ ਬਾਅਦ ਇੰਨੇ ਲੋਅ ਰਿਲੇਸ਼ਨ, ਇੰਨੇ ਭੈੜੇ ਰਿਲੇਸ਼ਨ ਰਹੇ ਨੇ ਕੈਨੇਡਾ ਯੂ ਐੱਸ ਦੇ। ਅਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਜੇ ਬਣ ਜਾਂਦੇ ਨੇ ਪ੍ਰੈਜ਼ੀਡੈਂਟ, ਤਾਂ ਉਹ ਕੀ ਕਰਨਗੇ ਕਿ ਉਹਨਾਂ ਨੇ ਸਾਰਿਆਂ ਤੋਂ ਵੱਧ ਟੈਰਿਫਸ ਨੇ ਜਿਹੜੇ ਯੂਨੀਫਾਰਮ ਟੈਰਿਫਸ ਲਾਉਣੇ ਨੇ 10% ਸਾਰੇ ਕੰਟਰੀਆਂ 'ਤੇ। ਪਿਛਲੇ ਸਾਲ 78% ਕੈਨੇਡਾ ਦਾ ਐਕਸਪੋਰਟ ਇਕੱਲੇ ਅਮਰੀਕਾ ਨੂੰ ਗਿਆ। ਜੇ 10% ਟੈਕਸ ਲੱਗਦੇ ਨੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਨੇਡਾ ਦੀ ਇਕੋਨਮੀ 'ਤੇ ਕਿੰਨਾ ਭੈੜਾ ਅਸਰ ਪਏਗਾ। ਇਸੇ ਕਰਕੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੰਡਸਟਰੀ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ ਬਾਈਲੈਟਰਲ ਇਰੀਟੈਂਟਸ ਨੇ ਜਿਹੜੇ ਦੋਨਾਂ ਦੇਸ਼ਾਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਨ ਵਾਲੇ ਇਸ਼ੂ ਨੇ, ਉਹਨਾਂ ਦੇ ਉੱਤੇ ਫੋਕਸ ਕਰਨ ਦੇ ਲਈ 1 ਸਾਲ ਤੋਂ ਲਾਇਆ ਹੋਇਆ। ਕਹਿੰਦੇ ਨੇ ਕਿ ਕੈਨੇਡਾ ਦੇ ਲਈ ਇੱਕ ਓਪਰਚੁਨਿਟੀ ਆ ਸਕਦੀ ਹੈ ਜੇ ਪ੍ਰੈਜ਼ੀਡੈਂਟ ਟਰੰਪ ਬਣਦੇ ਨੇ, ਕਿਉਂਕਿ ਉਹ ਡ੍ਰਿਲਿੰਗ ਆਇਲ ਦੀ ਜ਼ਿਆਦਾ ਕਰਨਗੇ, ਪ੍ਰੋ ਫੋਸਲ ਫਿਊਲ ਹੈ ਉਹਨੂੰ ਪ੍ਰਮੋਟ ਕਰਨਗੇ, ਇਸ ਕਰਕੇ ਕੈਨੇਡਾ ਦੇ ਵਿੱਚ ਇਨਫਲੇਸ਼ਨ ਅਤੇ ਗੈਸ ਪ੍ਰਾਈਸਿਸ ਘੱਟ ਜਾਣਗੀਆਂ। ਇਹ ਤਾਂ ਪੋਜ਼ਿਟਿਵ ਸਾਈਡ ਆ। ਨੈਗੇਟਿਵ ਸਾਈਡ ਇਹ ਹੈ ਕਿ ਪ੍ਰੋਟੈਕਸ਼ਨਿਜ਼ਮ ਅਤੇ ਕੰਬੈਟਿਵ ਰਿਲੇਸ਼ਨਸ਼ਿਪ 10% ਟੈਰਿਫ ਦੀ ਵਜ੍ਹਾ ਕਰਕੇ ਅਤੇ ਬਾਕੀ ਕਾਰਨਾਂ ਕਰਕੇ, ਈਵਨ ਇੱਥੋਂ ਤੱਕ ਕਿ ਨਵੇਂ ਨੋਮੀਨੇਟਡ ਵਾਈਸ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਜੇ ਡੀ ਵਾਂਸ ਨੇ ਕਿਹਾ ਕਿ ਅਨਲਿਮਿਟਡ ਗਲੋਬਲ ਟ੍ਰੇਡ ਉਹ ਤੋਂ ਖੜਾ ਛੁਟਾਇਆ ਜਾਊਗਾ ਅਮਰੀਕਾ ਦਾ, ਅਤੇ ਅਮਰੀਕਾ ਆਪਦੇ ਇੰਟਰਸਟ ਦੇ ਲਈ ਟ੍ਰੇਡ ਨੂੰ ਪ੍ਰਮੋਟ ਕਰੂਗਾ, ਮੇਡ ਇਨ ਯੂ ਐੱਸ ਏ ਦੇ ਉੱਤੇ ਫੋਕਸ ਕਰਨਗੇ। ਇੱਥੋਂ ਤੱਕ ਕਿ ਕੈਨੇਡਾ ਦੇ ਅੰਬੈਸਡਰ ਕ੍ਰਿਸਟਨ ਹਿਲਮੈਨ ਨੇ ਵੀ ਕਿਹਾ ਕਿ ਜੇ ਅਮਰੀਕਾ ਨੇ ਇਸ ਤਰ੍ਹਾਂ ਕੀਤਾ ਤਾਂ ਕੈਨੇਡਾ ਨੂੰ ਟ੍ਰੇਡ ਰਿਟੈਲੀਏਸ਼ਨ ਕਰਨੀ ਪਊਗੀ ਜੇ ਕੈਨੇਡਾ ਨੂੰ ਐਗਜ਼ੈਂਪਟ ਨਾ ਕੀਤਾ ਗਿਆ। ਦੂਸਰਾ ਇੱਕ ਇਰੀਟੈਂਟ ਬੜਾ ਵੱਡਾ ਜਿਹੜਾ, ਜਿਹਦੇ ਕਰਕੇ ਦੁਨੀਆ ਦੇ ਦੇਸ਼ ਵੀ ਅਤੇ ਕੈਨੇਡਾ ਵੀ, ਉਹ ਹੈਗਾ ਸਪੈਂਡਿੰਗ ਔਨ ਡਿਫੈਂਸ। ਵਾਂਸ ਨੇ ਕਿਹਾ, ਜੇ ਡੀ ਵਾਂਸ ਨੇ, ਕਿ ਫਰੀ ਰਾਈਡਸ ਕੈਨੇਡਾ ਦੀਆਂ ਇਹ ਬੰਦ ਕੀਤੀਆਂ ਜਾਣਗੀਆਂ, ਕਿਸੇ ਨੂੰ ਵੀ ਅਮੈਰੀਕਾ ਦੇ ਵਿੱਚ ਵੱਲੋਂ ਫਰੀ ਰਾਈਡ ਨਹੀਂ ਦਿੱਤੀ ਜਾਊਗੀ। ਈਵਨ ਪ੍ਰੈਜ਼ੀਡੈਂਟ ਟਰੰਪ, ਐਕਸ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਜਿਹੜੇ ਐਲਾਈਜ਼ ਨਹੀਂ 2% ਸਪੈਂਡ ਕਰਨਗੇ ਡਿਫੈਂਸ ਦੇ ਉੱਤੇ, ਉਹਨਾਂ ਨੂੰ ਅਮਰੀਕਾ ਪ੍ਰੋਟੈਕਟ ਨਹੀਂ ਕਰੂਗਾ। ਅਤੇ ਕੈਨੇਡਾ ਨੇ 2% ਦਾ ਵਾਅਦਾ ਤਾਂ ਕੀਤਾ, ਪਰ 2032 ਦੇ ਵਿੱਚ ਜਾ ਕੇ ਬਿਲਕੁਲ ਉਸ ਨੂੰ। ਇੱਕ ਹੋਰ ਚੀਜ਼ ਜਿਹੜੀ ਗਰੇਵਾਲ ਸਾਹਿਬ, ਜਿਵੇਂ ਤੁਸੀਂ ਟ੍ਰੇਡ ਦੀ ਗੱਲ ਕੀਤੀ ਹੈ, ਜਦੋਂ ਟਰੰਪ ਹੋਣਾ ਦਾ ਪਿਛਲਾ ਕਾਰਜਕਾਲ ਸੀ ਉਦੋਂ ਵੀ ਟੈਰਿਫ ਜਿਹੜੇ ਆ ਲਗਾਏ ਗਏ ਸੀ ਕੈਨੇਡਾ ਦੇ ਉੱਪਰ, ਅਤੇ ਕੈਨੇਡਾ ਨੇ ਰਿਟੈਲੀਏਟ ਉਸੇ ਤਰ੍ਹਾਂ ਕੀਤਾ ਸੀ, ਅਤੇ ਉਸ ਤੋਂ ਬਾਅਦ ਉਹ ਡਿਸੀਜਨ ਵਾਪਸ ਲੈਣੇ ਪਏ ਸੀ, ਕਿਉਂਕਿ ਜਿਵੇਂ ਕੈਨੇਡਾ ਬੜਾ ਮਜ਼ਬੂਤੀ ਨਾਲ ਖੜਾ ਹੋ ਗਿਆ ਸੀ ਅਮਰੀਕਾ ਦੇ ਸਾਹਮਣੇ। ਤੁਹਾਨੂੰ ਲੱਗਦਾ ਕਿ ਫਿਰ ਉਹ ਹਾਲਾਤ ਪੈਦਾ ਹੋ ਸਕਦੇ ਆ? ਬਿਲਕੁਲ ਹੋ ਸਕਦੇ ਨੇ। ਉਹ ਇਨਫੈਕਟ ਅਮਰੀਕਾ ਨੇ ਪਿਛਲੇ 20 ਸਾਲ ਤੋਂ ਕਈ ਵਾਰੀ ਥਰੈਟ ਕੀਤਾ ਕੈਨੇਡਾ ਨੂੰ। ਇੱਕ ਵਾਰੀ ਤਾਂ ਜਿਹੜਾ ਕੈਨੇਡਾ ਦਾ ਸਟੀਲ ਹੈ, ਬੀਫ ਹੈ ਅਤੇ ਪੋਟੇਟੋਜ਼ ਨੇ ਜਾਂ ਐਗਰੀਕਲਚਰ ਸਪਲਾਈਜ਼ ਨੇ, ਉਹਨਾਂ ਦੇ ਉੱਤੇ ਵੀ ਜਿਹੜੇ ਹੈਗੇ ਨੇ ਟੈਰਿਫਸ ਉਹ ਲਾਏ ਸੀਗਨ। ਇਹ ਮੇਰੇ ਖਿਆਲ 1998-99 ਦੀ ਗੱਲ ਹੈ। ਤਾਂ ਕਿਉਂਕਿ ਉਸ ਟਾਈਮ 'ਤੇ ਜਿਹੜੇ ਨਿਊਕਲੀਅਰ ਡਿਸਆਰਮਾਮੈਂਟ ਦੇ ਲਈ ਨੋਰੈਡ ਦੇ ਵਿੱਚ ਰਡਾਰ ਲਾਉਣੇ ਸੀ, ਕੈਨੇਡਾ ਨੇ, ਪ੍ਰਾਈਮ ਮਿਨਿਸਟਰ ਜੋਨ ਕ੍ਰਚੈ ਨੇ ਰਿਫਿਊਜ਼ ਕਰ ਦਿੱਤਾ ਸੀ। ਅਤੇ ਫਿਰ ਕੈਨੇਡਾ ਨੇ ਅਮਰੀਕਾ ਦੇ ਹੱਕ ਦੇ ਵਿੱਚ ਇਰਾਕ ਦੇ ਵਿੱਚ ਪਾਰਟੀਸਪੇਟ ਕਰਨ ਤੋਂ ਵੀ ਨਾਂਹ ਕੀਤੀ ਸੀ। ਤਾਂ ਉਸ ਟਾਈਮ 'ਤੇ ਅਮਰੀਕਾ ਨੇ ਕਲਚਰਲ ਇਸ਼ੂਜ਼ ਨੂੰ ਲੈ ਕੇ ਜਿੰਨਾ ਵੀ ਮੀਡੀਆ ਉਹਨਾਂ ਨੂੰ 55%
ਕੈਨੇਡਾ ਨੂੰ ਕੈਨੇਡੀਅਨ ਕੰਟੈਂਟ ਲਾਉਣਾ ਪੈਣਾ। ਇਸ ਤਰ੍ਹਾਂ ਦੀਆਂ ਦੋਨਾਂ ਦੇਸ਼ਾਂ ਨੇ ਰਿਟੈਲੀਏਸ਼ਨ ਇੱਕ ਦੂਜੇ ਦੇ ਉੱਤੇ ਕੀਤੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਖੈਰ ਜਿਹੜੇ ਕੈਨੇਡਾ ਅਤੇ ਅਮਰੀਕਾ ਦੀ ਦੋਸਤੀ ਹੈ, ਇੱਥੋਂ ਤੱਕ ਕਿ ਉਹ ਕਹਿ ਦਿੱਤਾ ਸੀ ਕਿ ਕੈਨੇਡਾ ਅਤੇ ਅਮਰੀਕਾ ਦੇ ਬਾਰਡਰ 'ਤੇ ਕੰਧ ਕਰਨੀ ਹੈ, ਜਿਸ ਤਰ੍ਹਾਂ ਉਹ ਮੈਕਸੀਕੋ 'ਤੇ ਕਰਨੀ ਚਾਹੁੰਦੇ ਸੀ। ਈਵਨ ਨਿੱਕੀ ਹੇਲੀ ਨੇ ਵੀ ਇਹ ਕਿਹਾ ਸੀ ਉਸ ਟਾਈਮ ਦੇ ਉੱਤੇ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਬੜੀ ਕੰਪਲੀਕੇਟਡ ਹੈ। ਪ੍ਰੈਜ਼ੀਡੈਂਟ ਟਰੰਪ ਦੇ ਆਉਣ ਦੇ ਨਾਲ ਤੁਸੀਂ ਗੈਸ ਨਹੀਂ ਕਰ ਸਕਦੇ, ਅੰਦਾਜ਼ਾ ਨਹੀਂ ਲਾ ਸਕਦੇ ਕਿ ਕੈਨੇਡਾ ਅਮਰੀਕਾ ਦੇ ਰਿਲੇਸ਼ਨ ਕਿੰਨੇ ਭੈੜੇ ਹੋ ਸਕਦੇ ਨੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਇੰਨੀ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਕੱਲ੍ਹ ਨੂੰ ਫਿਰ ਇਸੇ ਵਕਤ ਮਿਲਦੇ ਹਾਂ ਜੀ। ਥੈਂਕ ਯੂ ਜੀ। ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਵੀ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।